ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕੁਮ ਤੇ ਨਮਸਤੇ ਦੋਸਤੋ, ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਦੇਸੀ ਪੀਪਲ ਟੀਵੀ ਤੇ। ਦੋਸਤੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ। ਦੋਸਤੋ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ ਇੱਕ ਹੋਰ ਰਿਐਕਸ਼ਨ ਵੀਡੀਓ। ਦੋਸਤੋ ਅੱਜ ਦੀ ਜਿਹੜੀ ਰਿਐਕਸ਼ਨ ਵੀਡੀਓ ਹੈ ਜੀ, ਇਸ ਦੀ ਫਰਮਾਇਸ਼ ਆਈ ਹੈ ਜੀ ਮੇਰੇ ਬੜੇ ਹੀ ਸਤਿਕਾਰਯੋਗ ਵੀਰ ਮੁਹੰਮਦ ਆਸਮ ਵੀਰ ਜੀ ਦੀ। ਮੁਹੰਮਦ ਆਸਮ ਵੀਰ ਜੀ ਜਿਹੜੇ ਆ ਇਹ ਕੁਵੈਤ ਦੇ ਵਿੱਚ ਰਹਿੰਦੇ ਆ, ਤੇ ਓਦਾਂ ਐਵੇਂ ਭਾਜੀ ਜਿਹੜੇ ਆ ਵੀਰ ਜੀ ਜਿਹੜੇ ਆ ਓਦਾਂ ਓਰਿਜਨਲੀ ਜਿਹੜੇ ਇਹ ਲਾਹੌਰ ਸਿਟੀ ਤੋਂ ਆ, ਤੇ ਅੱਜ ਕੱਲ੍ਹ ਕੰਮ ਕੁਵੈਤ ਦੇ ਵਿੱਚ ਕਰਦੇ ਆ, ਕੁਵੈਤ ਸਿਟੀ ਦੇ ਵਿੱਚ। ਤੇ ਭਾਜੀ ਹੁਣਾਂ ਦੀ ਰਿਕੁਐਸਟ ਆਈ ਸੀਗੀ, ਭਾਜੀ ਹੁਣਾਂ ਚਾਹੁੰਦੇ ਆ ਕਿ ਅਸੀਂ ਰਿਐਕਸ਼ਨ ਕਰੀਏ। ਸੌਂਗ ਦਾ ਨਾਮ ਹੈਗਾ ਜੀ ਕਿਸਾਨ ਏਕਤਾ ਜਿੰਦਾਬਾਦ ਬਾਏ ਪਾਕਿਸਤਾਨੀ ਸਿੰਗਰਸ ਉਸਮਾਨ ਹਮਜ਼ਾ ਅਦਨਾਨ, ਕੇ ਬੀ ਮਿਊਜ਼ਿਕ ਆਫਿਸ਼ੀਅਲ 2021। ਇਹ ਵੀਡੀਓ ਦਾ ਟਾਈਟਲ ਆ ਜੀ, ਅਤੇ ਨਾਲ ਸਿੰਗਰਸ ਦੇ ਨਾਮ ਵੀ ਤੁਹਾਨੂੰ ਦੱਸ ਦਿੱਤੇ ਆ। ਅਤੇ ਇਹ ਜਿਹੜਾ ਗੀਤ ਆ ਜੀ, ਇਹ ਲਿਖਿਆ ਵੀ ਇਹਨਾਂ ਵੀਰਾਂ ਨੇ ਹੀ ਆ, ਉਸਮਾਨ ਵੀਰੇ ਨੇ, ਹਮਜ਼ਾ ਵੀਰੇ ਨੇ ਅਤੇ ਅਦਨਾਨ ਵੀਰੇ ਨੇ, ਠੀਕ ਆ ਜੀ। ਅਤੇ ਇਹ ਜਿਹੜਾ ਗੀਤ ਆ ਜੀ, ਇਹ ਕਿਸਾਨਾਂ ਦੀ ਸਪੋਰਟ ਦੇ ਵਿੱਚ ਆ, ਲਹਿੰਦੇ ਪੰਜਾਬ ਤੋਂ ਜਿਹੜਾ ਵਾ ਇੰਡੀਅਨ ਕਿਸਾਨ ਜਿਹੜੇ ਆ ਦਿੱਲੀ ਦੇ ਵਿੱਚ ਧਰਨਾ ਲਾ ਕੇ ਬੈਠੇ ਆ, ਉਹਨਾਂ ਦੀ ਸਪੋਰਟ ਦੇ ਵਿੱਚ ਇਹ ਸੌਂਗ ਆ। ਸਾਡੇ ਵੀਰ ਜਿਹੜੇ ਆ ਲਗਾਤਾਰ ਹੀ ਕਿਸਾਨਾਂ ਦੀ ਸਪੋਰਟ ਦੇ ਵਿੱਚ ਹਮੇਸ਼ਾ ਹੀ ਹਾਂ ਦਾ ਨਾਅਰਾ ਮਾਰਦੇ ਰਹੇ ਆ, ਅਤੇ ਵੀਰਾਂ ਦੀ ਬਹੁਤ ਜ਼ਿਆਦਾ ਸਪੋਰਟ ਰਹੀ ਆ ਪੂਰੇ ਪਾਕਿਸਤਾਨ ਦੀ ਇੰਡੀਅਨ ਫਾਰਮਰਸ ਨੂੰ, ਕਿਸਾਨਾਂ ਨੂੰ, ਠੀਕ ਹੈ ਨਾ ਜੀ। ਅਤੇ ਵੀਰਾਂ ਨੇ ਸਾਬਤ ਕਰ ਦਿੱਤਾ ਆ, ਭਾਵੇਂ ਬਾਰਡਰ ਜ਼ਰੂਰ ਹੈਗੇ ਆ ਵਿੱਚ, ਅਤੇ ਪਰ ਦਿਲਾਂ ਦੇ ਵਿੱਚ ਕੋਈ ਬਾਰਡਰ ਨਹੀਂ ਹੈਗਾ, ਦਿਲ ਜਿਹੜੇ ਆ ਇੱਕ ਦੂਜੇ ਨਾਲ ਜੁੜੇ ਹੋਏ ਆ। ਅਤੇ ਚਲੋ ਦੋਸਤੋ, ਫਿਰ ਬਾਹਲੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਵੱਧਦੇ ਹਾਂ ਵੀਡੀਓ ਵੱਲ। ਅਤੇ ਵੀਡੀਓ ਵੱਲ ਵਧਣ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਜੀ, ਜਿਹੜੇ ਮੇਰੇ ਸਤਿਕਾਰਯੋਗ ਵੀਰਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਅਤੇ ਨਾਲ ਦੀ ਨਾਲ ਹੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਇੰਸਟਾਗ੍ਰਾਮ ਦਾ ਲਿੰਕ ਵੀ ਮਿਲ ਜਾਵੇਗਾ, ਅਤੇ ਪਲੀਜ਼ ਇੰਸਟਾ 'ਤੇ ਜਾ ਕੇ ਵੀ ਜ਼ਰੂਰ ਫੋਲੋ ਕਰਿਓ। ਅਤੇ ਇਸ ਵੀਡੀਓ ਦਾ ਓਰਿਜਨਲ ਜਿਹੜਾ ਲਿੰਕ ਹੈ ਉਹ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਅਤੇ ਇਹਨਾਂ ਦੇ ਚੈਨਲ ਕੇ ਬੀ ਮਿਊਜ਼ਿਕ ਆਫਿਸ਼ੀਅਲ 'ਤੇ ਜਾ ਕੇ ਇਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ, ਅਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਅਤੇ ਨਾਲ ਚੱਲਦੀ ਚੱਲਦੀ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ, ਬਾਅਦ 'ਚ ਤੁਹਾਨੂੰ ਚੇਤਾ ਭੁੱਲ ਜਾਂਦਾ, ਠੀਕ ਹੈ ਨਾ ਜੀ। ਅਤੇ ਮੈਂ ਇਸ ਕਰਕੇ ਚੇਤਾ ਕਰਾਤਾ ਵਾ ਕਿ ਤੁਸੀਂ ਨਾਲ ਦੀ ਨਾਲ ਹੀ ਹੁਣ ਵੀਡੀਓ ਨੂੰ ਲਾਈਕ ਕਰ ਦਿਓ। ਅਤੇ ਚਲੋ ਦੋਸਤੋ ਵੱਧਦੇ ਹਾਂ ਜੀ ਫਿਰ ਆਪਾਂ ਵੀਡੀਓ ਵੱਲ, ਅਤੇ ਕਰਦੇ ਹਾਂ ਜੀ ਵੀਡੀਓ ਸ਼ੁਰੂ। ਭੁਲੇਖੇ ਜੇ ਕੱਢਦੇ ਆਪਣੀ ਸੋਚ ਚੋਂ, ਸਾਡੀਆਂ ਜ਼ਮੀਨਾਂ ਖੋਹਣ ਨੂੰ ਫਿਰਦੇ ਆ ਤੇਰੇ ਲੋਕ ਜੋ, ਲੱਗਦਾ ਤੂੰ ਸਾਡੇ ਪੁਰਖਾਂ ਦਾ ਇਤਿਹਾਸ ਭੁੱਲ ਗਈ, ਜਿਹੜਾ ਮੂਹਰੇ ਆ ਕੇ ਖੰਘੇ ਉਹਨੂੰ ਠੋਕ ਦੋ। ਉਹ ਕਰਦਾ ਫਿਰਦਾ ਕੀ ਏ ਤੂੰ, ਸ਼ਰਮ ਤੈਨੂੰ ਜ਼ਰਾ ਆਵੇ ਨਾ, ਜਿਹੜੇ ਤੈਨੂੰ ਦੇਣ ਰਹਿਣ ਭੁੱਖਾ ਨਾ, ਉਹਨਾਂ ਨੂੰ ਤੂੰ ਭੁੱਖਾ ਜ਼ਵਾਨਾ। ਉਹ ਜ਼ੁਲਮ ਕਰੇ ਤੂੰ ਹਾਏ ਰੱਜ ਕੇ, ਤਰਸ ਜ਼ਰਾ ਤੂੰ ਖਾਵੇ ਨਾ, ਤੈਨੂੰ ਆਵੇ ਕਿਸੇ ਦੀ ਆਈ, ਕਿਤੇ ਥਾਂ ਹੀ ਤੂੰ ਮਰ ਜਾਵੇ ਨਾ, ਤੈਨੂੰ ਆਵੇ ਕਿਸੇ ਦੀ ਆਈ, ਕਿਤੇ ਥਾਂ ਹੀ ਤੂੰ ਮਰ ਜਾਵੇ ਨਾ। ਦੱਸ ਦਿੱਲੀ ਐਨੀ ਕੀ ਉਖਾਰ ਲੈਂਗੀ ਤੂੰ, ਪਾਣੀ ਵਾਲੇ ਟੈਂਕਾਂ ਨਾ ਕੀ ਤਾਰ ਲੈਂਗੀ ਤੂੰ, ਸਰਕਾਰ ਤੇ ਹੋਈ ਪਈ ਬੇਸ਼ਰਮ ਰੱਜ ਕੇ, ਕੀ ਸੋਟੀ ਡੰਡੇ ਆਣਾ ਸਾਨੂੰ ਮਾਰ ਲੈਂਗੀ ਤੂੰ। ਨੌਜਵਾਨ ਪੰਜਾਬ ਦੇ ਕਾਇਮ ਨੇ ਹਾਲੇ, ਮੋਦੀ ਤੇਰੇ ਸਦਾ ਰਹਿਣੇ ਕੰਮ ਨੇ ਕਾਲੇ, ਅੱਤਵਾਦੀ ਕਹਿਣਾ ਸਾਡੇ ਜਵਾਨਾਂ ਨੂੰ, ਜਿੰਨਾ ਤੇਰੀ ਦਿੱਲੀ ਦੇ ਬਾਲ ਨੇ ਪਾਲੇ, ਤੁਹਾਡੇ ਤੋਂ ਨੀ ਸਾਂਭ ਹੋਣਾ ਸਾਡਾ ਕਾਰੋਬਾਰ, ਤੁਸੀਂ ਕਿੱਦਾਂ ਸਾਡੇ ਵਾਂਗੂ ਨਿਕਲੋਗੇ ਬਾਹਰ, ਪੰਜਾਬ ਨੂੰ ਛੱਡ ਦਿੱਲੀ ਵੀ ਇਹ ਹੱਥੋਂ ਜਾਣੀ, ਜੱਟਾਂ ਦੇ ਆ ਪੁੱਤ ਹੱਥ ਰੱਖੀ ਤਲਵਾਰ, ਤੇਰੇ ਤੋਂ ਨਿਕਾਰ ਹੋਣੀ ਸਾਡੇ ਤੇ ਬਦਮਾਸ਼ੀ, ਤੂੰ ਕੀ ਜਾਣੇ ਪਈ ਸਾਡੇ ਦਿਲਾਂ ਦੀ ਉਦਾਸੀ, ਜ਼ਿੰਦਗੀ ਦੀ ਅਸਾਂ ਕਦੇ ਟੈਨਸ਼ਨ ਨੀ ਲਈ, ਉਸਮਾਨ ਬੋਲੇ ਪਾਕ ਵਿੱਚੋਂ ਤੁਹਾਡਾ ਇਹ ਪੜੋਸੀ। ਕਲਾਕਾਰ ਹੋ ਗਏ ਨੇ ਇਕੱਠੇ, ਤੂੰ ਰਹਿ ਜਾਣਾ ਬਸ ਮਿੱਟੀ ਵੱਟੇ, ਕਲਾਕਾਰ ਹੋ ਗਏ ਨੇ ਇਕੱਠੇ, ਤੂੰ ਰਹਿ ਜਾਣਾ ਬਸ ਮਿੱਟੀ ਵੱਟੇ, ਉਹਨਾਂ ਨੂੰ ਤੂੰ
लगे अरवान जिन्ना दी वजह तो हस रहा तेनू आवे किसे दी आई किते था ही तू मर जावे ना तेनू आवे किसे दी आई किते था ही तू मर जावे ना बाहर सारे आयो सर्द हवावां च कंब दे जिस्म ठार दे हाथ आयो सर्द फिजावां च रब ने भी खा लिया होना तरस तू क्यों खावे ना तेनू आवे किसे दी आई किते था ही तू मर जावे ना तेनू आवे किसे दी आई किते था ही तू मर जावे ना कान खोल के सुन दिलिए तेरी धरती दे लोकां दे टिड्डे पाल दे जे खेतां च किसानां दे हल ने चल दे अपने ही जवाकां दी भुख खोन नूं फिरनी है किस हद तक मर गई तेरी जमीर नहीं की सोचदी है साडे नाल भी धक्का कर जाएगी ए पंजाब आ दिलिए कश्मीर नहीं ए पंजाब आ दिलिए कश्मीर नहीं असलाम वालेकुम गाइज़ आई होप सारे वधिया होवोगे गाइज़ असी चढ़दे पंजाब के किसान भरावान इसते गीत लिखिया जो हुने हुने तुसी सुन के हटे जे गाइज़ वीडियो नू ज़्यादा ज़्यादा देखो ज़्यादा शेयर करो और ज़्यादा ज़्यादा लाइक करो कॉमेंट करके जरूर दसना गाना किदां दा लगे। हाँ जी दोस्तों बहुत वधिया सोंग सीगा जी मेरे तिना वीर ने बहुत वधिया किसानां दे हक दे विच जिहड़ा वा ओह नारा मारिया जिद्दां कि किसानां दी फुल सपोर्ट कीती आ ते वीरां ने जिद्दां मोदी सरकार नूं पूरा जाणी के झंबिया वा गाणे दे राहीं मोदी सरकार नूं वीरां ने बहुत लानतां पाईआं ते वीरां ने कहा कहिंदे कि जिन्हां दी वजह नाल तूं हस रिहां तूं उहनां नूं रवा रिहां ਕਹਿਣ ਦਾ ਮਤਲਬ ਵੀਰਾਂ ਦੇ ਇਹ ਆ ਕਿ ਜਿਨ ਜਦੋਂ ਬੰਦੇ ਦੇ ਅੰਦਰ ਅੰਨ ਜਾਂਦਾ ਜਿਹੜਾ ਤੁਹਾਨੂੰ ਅੰਨ ਖਵਾਉਂਦਾ ਵਾ ਬੰਦੇ ਦੇ ਵਿੱਚ ਐਨਰਜੀ ਹੁੰਦੀ ਆ ਅਤੇ ਫਿਰ ਹੀ ਬੰਦਾ ਹੱਸ ਸਕਦਾ ਫਿਰ ਹੀ ਬੰਦਾ ਤੁਰ ਫਿਰ ਸਕਦਾ ਹੈ ਨਾ ਅਤੇ ਜਿਹੜੇ ਤੈਨੂੰ ਅੰਨ ਖਵਾ ਰਿਹਾ ਇੰਨੀ ਮਿਹਨਤ ਕਰਕੇ ਅੰਨ ਬੀਜਦੇ ਆ ਦੁਨੀਆਂ ਦਾ ਢਿੱਡ ਭਰਦੇ ਆ ਅਤੇ ਤੂੰ ਉਹਨਾਂ ਨੂੰ ਹੀ ਰਵਾ ਰਿਹਾ ਵਾ ਅਤੇ ਨਾਲ ਵੀਰਾਂ ਨੇ ਹੋਰ ਬਹੁਤ ਵਧੀਆ ਗੱਲ ਕੀਤੀ ਵੀਰ ਕਹਿੰਦੇ ਕਿ ਤਾਂ ਰੱਬ ਨੂੰ ਤਰਸ ਆ ਗਿਆ ਹੋਣਾ ਵਾ ਰੱਬ ਨੂੰ ਤਰਸ ਆ ਗਿਆ ਹੋਣਾ ਵਾ ਅਤੇ ਤੈਨੂੰ ਤਰਸ ਨਹੀਂ ਆਇਆ ਕੀ ਗੱਲ ਤੂੰ ਰੱਬ ਕਹਿਣ ਦਾ ਮਤਲਬ ਵੀਰਾਂ ਦੇ ਇਹ ਆ ਕਿ ਤੂੰ ਹਕੂਮਤ ਦੇ ਨਸ਼ੇ ਦੇ ਵਿੱਚ ਇੰਨਾ ਅੰਨਾ ਹੋ ਗਿਆ ਕਿ ਤੂੰ ਆਪਣੇ ਆਪ ਨੂੰ ਰੱਬ ਨੂੰ ਵੀ ਜ਼ਿਆਦਾ ਸਮਝਦਾ ਵਾ ਠੀਕ ਹੈ ਨਾ ਵੀਰਾਂ ਦੇ ਕਹਿਣ ਦਾ ਮਤਲਬ ਇਹ ਤਾਂ ਹੀ ਕਿ ਰੱਬ ਨੂੰ ਤਰਸ ਆ ਗਿਆ ਤੈਨੂੰ ਨਹੀਂ ਆਇਆ ਕਹਿਣ ਦਾ ਮਤਲਬ ਵੀਰਾਂ ਦੇ ਇਹ ਹੀ ਕਿ ਤੂੰ ਆਪਣੇ ਆਪ ਨੂੰ ਅੱਜ ਕੱਲ੍ਹ ਰੱਬ ਨੂੰ ਜ਼ਿਆਦਾ ਸਮਝਣ ਲੱਗ ਪਿਆ ਠੀਕ ਹੈ ਨਾ ਅਤੇ ਬਾਕੀ ਵੀਰਾਂ ਦਾ ਬਹੁਤ ਧੰਨਵਾਦ ਫਿਰ ਤੋਂ ਪੂਰੇ ਪਾਕਿਸਤਾਨ ਦਾ ਪੂਰੇ ਪਾਕਿਸਤਾਨ ਦੀ ਬਾਮ ਦਾ ਧੰਨਵਾਦ ਜਿਹੜਾ ਤੁਸੀਂ ਇਹਨਾਂ ਕਿਸਾਨਾਂ ਦੀ ਲਗਾਤਾਰ ਜਦੋਂ ਦਾ ਧਰਨਾ ਸ਼ੁਰੂ ਹੋਇਆ ਵਾ ਲਗਾਤਾਰ ਤੁਸੀਂ ਕੰਟੀਨਿਊ ਗੀਤ ਜਿਹੜੇ ਦਿੱਤੇ ਆ ਅਤੇ ਕਿਸਾਨਾਂ ਦਾ ਹੌਂਸਲਾ ਜਿਹੜਾ ਵਾ ਤੁਸੀਂ ਹਮੇਸ਼ਾ ਹੀ ਵਧਾਉਣ ਦੀ ਕੋਸ਼ਿਸ਼ ਕੀਤੀ ਆ ਅਤੇ ਵਧਾਉਂਦੇ ਰਹੇ ਜੇ ਅਤੇ ਪੂਰੇ ਪਾਕਿਸਤਾਨ ਦਾ ਧੰਨਵਾਦ ਅਤੇ ਬਾਕੀ ਦੋਸਤੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾਂ ਕਿ ਕਿਸਾਨ ਜਿਹੜੇ ਆ ਉਹ ਵੀ ਕਹਿੰਦੇ ਆ ਕਿ ਜੋ ਮਰਜ਼ੀ ਹੋ ਜੇ ਕੋਈ ਚੱਕਰ ਨਹੀਂ ਜਿੰਨਾ ਟਾਈਮ ਲੈਣਾ ਵਾ ਮੋਦੀ ਨੇ ਲਵੇ ਬਾਕੀ ਕਹਿੰਦੇ ਅਸੀਂ ਵੀ ਇੰਨੀ ਤਿਆਰੀ ਕਰ ਲਈ ਕਿਸਾਨਾਂ ਨੇ ਇੰਨੀ ਤਿਆਰੀ ਕਰ ਲਈ ਆ ਉੱਥੇ ਪੱਕੀਆਂ ਮੋਟਰਾਂ ਲਾ ਲਈਆਂ ਪਾਣੀ ਵਾਲੀਆਂ ਪੱਕੇ ਸ਼ੈੱਡ ਵਾਲੇ ਉਹ ਕਹਿੰਦੇ ਵੱਧ ਤੋਂ ਵੱਧ ਕੀ ਆ 2024 ਤੱਕ ਜਿਹੜੀਆਂ ਨਵੀਂ ਸਰਕਾਰ ਦੀਆਂ ਵੋਟਾਂ ਪੈਣੀਆਂ ਠੀਕ ਆ 24 ਤੋਂ ਬਾਅਦ ਫਿਰ ਜੇ ਮੋਦੀ ਹੁਣੀ ਚਲੇ ਗਏ ਹਾਰ ਗਏ ਤਾਂ ਫਿਰ ਕੀ ਕਰ ਲੈਣਗੇ ਫਿਰ ਤਾਂ ਜਿਹੜੀ ਨਵੀਂ ਸਰਕਾਰ ਆਊਗੀ ਉਹਨੇ ਤਾਂ ਕਾਨੂੰਨ ਕਰਨੇ ਹੀ ਕਰਨੇ ਆ ਨਾ ਵੱਧ ਤੋਂ ਵੱਧ 24 ਤੱਕ ਤੂੰ ਅੜ ਲਏਗਾ ਮੋਦੀ ਨੂੰ ਉਹ ਕਿਸਾਨ ਇਸ ਤਰੀਕੇ ਨਾਲ ਕਹਿੰਦੇ ਕਿ ਵੱਧ ਤੋਂ ਵੱਧ 2024 ਤੱਕ ਤੂੰ ਅੜ ਲਏਗਾ ਉਸ ਤੋਂ ਬਾਅਦ ਜੇ ਤੂੰ ਚਲੀ ਜਾਣਾ ਅਤੇ ਉਸ ਤੋਂ ਬਾਅਦ ਹੱਲ ਹੋਈ ਜਾਣਾ ਕਿਸਾਨ ਵੀ 2024 ਤੱਕ ਦੀ ਤਿਆਰੀ ਕਰਕੇ ਬੈਠੇ ਆ ਅਤੇ ਬਾਕੀ ਦੋਸਤੋ ਇਹ ਸੀਗੀ ਸਾਡੀ ਅੱਜ ਦੀ ਵੀਡੀਓ ਅਤੇ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਗਾਣਾ ਕਿੱਦਾਂ ਦਾ ਲੱਗਾ ਹੈ ਨਾ ਅਤੇ ਪਲੀਜ਼ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਸ਼ੇਅਰ ਵੀ ਕਰਿਓ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਹੈ ਨਾ ਅਤੇ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਅਤੇ ਤਦ ਤੱਕ ਲਈ ਰੱਬ ਰਾਖਾ ਜੀ।